ਵਾਲੇਕੁਮ ਸਲਾਮ ਹੱਥ ਨਹੀਂ ਬਣਾਉਣਾ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਕੀ ਹਾਲ ਹੈ ਇਹ ਗੱਲ ਹੱਥ ਨਹੀਂ ਬਣਾਉਂਦੇ ਕੀ ਕਰਕੇ ਕੋਈ ਗੁਸਤਾਖੀ ਹੋ ਗਈ ਸਾਡੇ ਕੋਲ ਨਹੀਂ ਨਹੀਂ ਤੁਸੀਂ ਸਾਡੇ ਭਰਾ ਵੀਰ ਹੋ ਗੁਸਤਾਖੀ ਕਾਹਦੀ ਹੋ ਗਈ ਹਾਂ ਤਾਂ ਪਹਿਲੀ ਗੱਲ ਕੀ ਹੈ ਅੱਛਾ ਅੱਜ ਕੱਲ੍ਹ ਕਰੋਨਾ ਵਾਇਰਸ ਚੱਲਿਆ ਹੈ ਨਾ ਹਾਂ ਇਸ ਪਰੋਂ ਇੱਕ ਦੂਜੇ ਤੋਂ ਹੱਥ ਮਿਲਾਉਣ ਤੋਂ ਨਾ ਜ਼ਰਾ ਗੁਰੇਜ਼ ਕਰੀਦਾ ਹੈ ਅੱਛਾ ਫੈਲੇ ਨਾ ਅੱਛਾ ਤਾਂ ਸਾਹਿਬ ਇਹ ਕਰੋਨਾ ਵਾਇਰਸ ਕਿਦਾਂ ਫੈਲਦਾ ਵੇ ਕਰੋਨਾ ਵਾਇਰਸ ਹਾਂ ਇਸ ਤਰ੍ਹਾਂ ਹੀ ਫੈਲਦਾ ਇੱਕ ਦੂਜੇ ਨਾਲ ਹੱਥ ਮਿਲਾਉਣ ਨਾਲ ਅੱਛਾ ਹਾਂਜੀ ਇਰਾਨ ਚ ਸਾਡੇ ਕੁਛ ਜ਼ਾਇਰੀਨ ਮੁਕੱਦਸ ਮੁਕਾਮਾਂ ਤੇ ਨਾ ਜ਼ਿਆਰਤਾਂ ਕਰਨ ਗਏ ਸੀ ਪਾਕਿਸਤਾਨ ਚ ਉਹ ਜਦੋਂ ਵਾਪਸ ਆਏ ਨਾ ਤੇ ਉਹਨਾਂ ਚ ਕਈਆਂ ਬੰਦਿਆਂ ਨਾ ਇਹ ਕਰੋਨਾ ਵਾਇਰਸ ਸੀ ਕਿਉਂ ਜੀ ਉਹਨਾਂ ਦੀ ਵਜ੍ਹਾ ਨਾਲ ਸਾਡੇ ਪਾਕਿਸਤਾਨ ਚ ਫੈਲ ਗਿਆ ਅੱਛਾ ਹਾਂਜੀ ਪਾਕਿਸਤਾਨ ਚ ਪੂਰੇ ਚ ਫੈਲ ਗਿਆ ਵਾ ਤਕਰੀਬਨ ਲੱਗਦਾ ਤੇ ਜੀ ਜਿਵੇਂ ਪੂਰੇ ਚ ਫੈਲ ਰਿਹਾ ਹੈ ਤਾਂ ਸਿੰਧ ਚ ਜ਼ਿਆਦਾ ਵਾ ਬਾਕੀ ਹਲੇ ਸੂਬਿਆਂ ਚ ਘੱਟ ਹੈ ਨਾ ਹਾਂ ਤੇ ਜਿਵੇਂ ਜਿਵੇਂ ਆਉਂਦੇ ਰਹੇ ਸਭ ਜਿਹੜੇ ਬੰਦੇ ਨੂੰ ਕਰੋਨਾ ਵਾਇਰਸ ਹੋ ਜਾਂਦਾ ਉਹਨੇ ਕੀ ਅਲਾਮਤ ਕੀ ਹੁੰਦੀ ਹੈ ਅਲਾਮਤ ਹੁੰਦੀਆਂ ਇਹ ਹੁੰਦੀਆਂ ਜਨਾਬ ਮੈਂ ਅਖਬਾਰ ਚ ਪੜਿਆ ਹੁੰਦੀ ਅਲਾਮਤ ਇਹ ਹੁੰਦੀਆਂ ਨੇ ਕਿ ਉਹਨੂੰ ਨਜ਼ਲਾ ਜ਼ੁਕਾਮ ਖਾਂਸੀ ਆਉਂਦੀ ਹੈ ਅੱਛਾ ਤੇ ਬੁਖਾਰ ਹੀ ਹੋ ਜਾਂਦਾ ਬੁਖਾਰ ਵੀ ਹੁੰਦਾ ਹੈ ਇਹ ਹੁੰਦੀਆਂ ਅਲਾਮਤਾਂ ਨੇ ਲਾਹੌਰ ਗੁਜਰਾਂਵਾਲਾ ਫੈਸਲਾਬਾਦ ਡਿਵੀਜ਼ਨ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਇਲਾਕੇ ਦੇ ਮੌਸਮ ਕਿਸ ਤਰ੍ਹਾਂ ਰਹਿਣਾ ਆਉਣ ਵਾਲੇ ਦਿਨਾਂ ਚ ਜਿਹੜਾ ਮੌਸਮ ਹੈ ਨਾ ਲਾਹੌਰ ਫੈਸਲਾਬਾਦ ਸ਼ੇਖਪੁਰਾ ਸਿਆਲਕੋਟ ਹਾਫਜ਼ਾਬਾਦ ਇਹ ਜਿੰਨੇ ਵੀ ਇਲਾਕੇ ਨੇ ਨਾ ਇੱਥੇ ਹਫ਼ਤੇ ਨੂੰ ਵੀ ਥੋੜੀ ਜਿਹੀ ਬਾਰਿਸ਼ ਹੋਏਗੀ ਅੱਛਾ ਜਿਹੜਾ ਹਫ਼ਤਾ ਆਉਣ ਵਾਲਾ ਹੈ ਅੱਛਾ ਅੱਛਾ ਪਰਸੋਂ ਹਫ਼ਤਾ ਪਰਸੋਂ ਤੇ ਸੋਮਵਾਰ ਮੰਗਲ ਨੂੰ ਜ਼ਰਾ ਵਾਹਵਾ ਹੋਏਗੀ ਅੱਛਾ ਵਾਹਵਾ ਹੋਏਗੀ ਹਾਂਜੀ ਤੇ ਇਹਦੇ ਨਾਲ ਫਿਰ ਇਹ ਹਵਾਵਾਂ ਵੀ ਚੱਲਣਗੀਆਂ ਜਦੋਂ ਬਾਰਿਸ਼ ਹੋਏਗੀ ਆ ਸੋਮਵਾਰ ਮੰਗਲ ਨੂੰ ਜਿਹੜੀ ਜ਼ਿਆਦਾ ਬਾਰਿਸ਼ ਵਾ ਇਹਦੇ ਨਾਲ ਫਿਰ ਹਵਾਵਾਂ ਵੀ ਚੱਲ ਸਕਦੀਆਂ ਹਾਂਜੀ ਇਹਦੇ ਨਾਲ ਹਵਾਵਾਂ ਚੱਲਣੀਆਂ ਨੇ ਤੇ ਇਹਦੇ ਤੋਂ ਬਚਣ ਵਾਸਤੇ ਨਾ ਆਪਣੀ ਫਸਲ ਨੂੰ ਬਚਾਉਣ ਵਾਸਤੇ ਨਾ ਤੁਸੀਂ ਪਾਣੀ ਨਾ ਲਾਉਣਾ ਅੱਛਾ ਤੇ ਜਿਹੜਾ ਇਹਨਾਂ ਮੌਸਮੀਆਂ ਤੇ ਲਈ ਕਿਹਾ ਕਿ ਪਾਣੀ ਨਾ ਤੁਸੀਂ ਲਾਓ ਤੇ ਇਹ ਤਾਂ ਕੁਦਰਤ ਦੇ ਕੰਮ ਨੇ ਫਿਰ ਹਵਾਵਾਂ ਦੇ ਨਾਲ ਤੇ ਥੋੜ੍ਹੀ ਜਿਹੀ ਕਣਕ ਡਿੱਗ ਪੈਂਦੀ ਹੈ ਤੇ ਜਿਹੜੀ ਡਿੱਗ ਪੈਂਦੀ ਹੈ ਉਹ ਫਿਰ ਝਾੜ ਕੱਢ ਦਿੰਦੀ ਹੈ ਰਾਜਨਪੁਰ ਮੁਜ਼ੱਫਰਗੜ੍ਹ ਤੇ ਆਪਣਾ ਬਹਾਵਲਪੁਰ ਬਹਾਵਲ ਨਗਰ ਮੰਡੀ ਜਜਮਾਨ ਵਗੈਰਾ ਜਿੰਨੇ ਵੀ ਏਰੀਆ ਹੈ ਨਾ ਉੱਥੇ ਸੋਮਵਾਰ ਤੇ ਮੰਗਲ ਨੂੰ ਵਾਹਵਾ ਬਾਰਿਸ਼ ਹੋਏਗੀ ਇਹ ਹਫ਼ਤੇ ਵਾਲੀ ਬਾਰਿਸ਼ ਉਸ ਇਲਾਕੇ ਦੇ ਵਿੱਚ ਨਹੀਂਗੀ ਹੋਣੀ ਨਹੀਂ ਹਫ਼ਤੇ ਵਾਲੀ ਬਾਰਿਸ਼ ਇੱਧਰ ਲਾਹੌਰ ਲਾਹੌਰ ਦੇ ਇਲਾਕੇ 'ਚ ਇਸ ਇਲਾਕੇ ਦੇ ਵਿੱਚ ਉਸ ਜਨੂਬੀ ਪੰਜਾਬ 'ਚ ਨਹੀਂ ਹਫ਼ਤੇ ਵਾਲੀ ਸਰ ਇਹ ਮੈਨੂੰ ਦੱਸੋ ਵੀ ਜਿਹੜਾ ਕਰੋਨਾ ਵਾਇਰਸ ਦਾ ਜ਼ਿਕਰ ਕੀਤਾ ਸੀ ਇਹਦੇ ਬਚਾਓ ਦੀ ਕੀ ਹਫਾਜ਼ਤੀ ਤਦਬੀਰ ਦੱਸੋ ਕੋਈ ਜਿਹੜੇ ਇਹਦੇ ਬਚਾਓ ਦੀ ਹਫਾਜ਼ਤੀ ਤਦਬੀਰ ਤੇ ਹੀ ਹੈ ਨਾ ਜਿਹੜਾ ਮੈਂ ਤੁਹਾਡੇ ਨਾਲ ਹੱਥ ਨਹੀਂ ਮਿਲਾਇਆ ਇਸ ਤੋਂ ਇਲਾਵਾ ਵੀ ਕੋਈ ਇਸ ਤੋਂ ਇਲਾਵਾ ਇਹ ਆ ਕਿ ਤੁਸੀਂ ਇੱਕ ਤੇ ਬੰਦਿਆਂ ਨਾਲ ਹੱਥ ਨਹੀਂ ਮਿਲਾਉਣਾ ਦੂਸਰੇ ਜੱਫੀ ਨਹੀਂ ਪਾਉਣੀ ਠੀਕ ਹੈ ਨਾ ਤੀਸਰੀ ਇਹ ਆ ਕਿ ਜਿਹੜਾ ਖਾਂਸੀ ਨਜ਼ਲਾ ਕਰ ਰਿਹਾ ਹੈ ਨਾ ਉਹਦੇ ਤੋਂ ਦੂਰ ਰਹਿਣਾ ਹੈ ਤੇ ਜਿਹੜੀਆਂ ਜਗ੍ਹਾ ਹੈ ਨਾ ਜਿੱਥੇ ਲੋਕ ਜ਼ਿਆਦਾ ਨੇ ਵੀ ਜਿਵੇਂ ਵੈਗਨ ਬੱਸ ਸੂਰਾਂ ਉੱਪਰਾਂ ਤੁਸੀਂ ਮਾਸਕ ਪਾਉਣਾ ਹੈ ਆਪਾਂ ਮੂੰਹ ਢੱਕ ਕੇ ਰੱਖਣਾ ਹੈ ਤਾਂ ਕਿ ਜਿਹੜੇ ਵਾਇਰਸ ਵੁਰਸ ਨਾ ਤੁਹਾਡੇ ਮੂੰਹ ਦੇ ਰਸਤੇ ਅੰਦਰ ਨਾ ਜਾਣ ਨਹੀਂ ਤੇ ਖਾਂਸੀ ਜ਼ੁਕਾਮ ਨਜ਼ਰਾ ਹੈ ਆਮ ਸਾਦਾ ਵੀ ਤੇ ਲੋਕਾਂ ਨੂੰ ਹੋ ਜਾਂਦਾ ਵੇ ਇਹਦੀ ਕੀ ਪਹਿਚਾਣ ਵਾ ਵੀ ਇਹ ਸਾਦਾ ਵਾ ਜਾਂ ਕਰੋਨਾ ਕਰੋਨਾ ਦਾ ਇਹ ਪਹਿਚਾਣ ਹੈ ਨਾ ਇੱਕ ਨੱਕ 'ਚ ਪਾਣੀ ਵਗਦਾ ਹੈ ਅੱਛਾ ਅੱਖਾਂ 'ਚ ਪਾਣੀ ਵਗਦਾ ਹੈ ਤੇ ਬਾਰ ਬਾਰ ਖੁਸ਼ ਖਾਂਸੀ ਆਉਂਦੀ ਬੁਖਾਰ ਵੀ ਨਾਲ ਹੁੰਦਾ ਬੁਖਾਰ ਹੋ ਜਾਂਦਾ ਥੋੜਾ ਬਹੁਤਾ ਇਹ ਕਰੋਨਾ ਦੀ ਅਲਾਮਤ ਨੇ ਇਹਦੇ ਤੋਂ ਬਚਣਾ ਚਾਹੀਦਾ ਸਾਨੂੰ ਸਰ ਮੈਂ ਟੀਵੀ ਦੇਖ ਰਿਹਾ ਸੀ ਉਹਨਾਂ ਕਿਹਾ ਵੀ ਨਾਲ ਸਾਹ ਦੀ ਤਕਲੀਫ ਵੀ ਹੋ ਜਾਂਦੀ ਹੈ ਬੜਾ ਮੁਸ਼ਕਲ ਸਾਹ ਲੈਣਾ ਹੋ ਜਾਂਦਾ ਇਹ ਗੱਲ ਹੈ ਨਾ ਕਿ ਅਗਰ ਫੇਫੜਿਆਂ ਚਲਾ ਜਾਏ ਫੇਫੜੇ ਡੈਮੇਜ ਜਦੋਂ ਹੋ ਜਾਂਦੇ ਤੇ ਫੇਫੜਿਆਂ ਦੀ ਸਾਹ ਦੀ ਵਜ੍ਹਾ ਸਾਹ ਫੇਫੜੇ ਹੁੰਦੇ ਆ ਇਹਦੇ ਚ ਹੈ ਨਾ ਤੁਸੀਂ ਬਾਰ ਬਾਰ ਗਰਮ ਪਾਣੀ ਪੀਓ ਗਰਮ ਪਾਣੀ ਪੀਓਗੇ ਤੁਹਾਡਾ ਅਗਰ ਕੋਈ ਮਸਲਾ ਵੀ ਹੈ ਵੀ ਅੱਲਾ ਨਾ ਕਰੇ ਹੈ ਵੀ ਇਹ ਤਾਂ ਮੇਦੇ ਜਦੋਂ ਚਲਾ ਜਾਏਗਾ ਤਾਂ ਖਤਮ ਹੋ ਜਾਏਗਾ ਵਾਇਰਸ ਅੱਛਾ ਅੱਛਾ ਗਰਮ ਪਾਣੀ ਜ਼ਰੂਰੀ ਹੈ
ਤੇ ਦੂਸਰੀ ਫਾਸ ਦੀ ਤਦਬੀਰ ਜਿਹੜੀ ਹੈ ਨਾ ਸਭ ਤੋਂ ਬਿਹਤਰੀਨ ਹੈ। ਅਸੀਂ ਮੁਸਲਮਾਨ ਹਾਂ ਨਾ ਤੇ ਬਾਵਜੂਦ ਰਹੋ ਲੇਕਿਨ ਹਰ ਤਿੰਨ ਘੰਟੇ ਬਾਅਦ ਤੁਸੀਂ ਆਪਣੇ ਹੱਥ ਤੇ ਚਿਹਰਾ ਸਾਬਣ ਨਾਲ ਧੋਵੋ, ਗਰਮ ਪਾਣੀ ਸਾਬਣ ਸਾਬਣ ਨਾਲ ਧੋਵੋਗੇ ਤੇ ਤੁਹਾਡੇ ਕਰੀਬ ਕਰੋਨਾ ਨਹੀਂ ਆਉਂਦਾ। ਅੱਛਾ ਅੱਛਾ, ਫਿਰ ਉਹ ਜਰਾਸੀਮ ਮਰ ਜਾਂਦੇ ਨੇ ਹੱਥਾਂ ਨਾਲ ਉਹ ਸਾਬਣ ਗਰਮ ਪਾਣੀ ਨਾਲ ਤੇ ਸਾਬਣ ਨਾਲ ਸਾਫ਼ ਰਹਿੰਦਾ। ਜਿੰਨੀ ਸਫਾਈ ਤੁਸੀਂ ਰੱਖੋਗੇ ਲੋਕਾਂ ਨਾਲ ਮੈਲ ਮਿਲਾਪ ਘੱਟ ਕਰੋਗੇ ਤੇ ਸਿਹਤ ਤੰਦਰੁਸਤ ਰਹਿੰਦਾ, ਬੱਚੇ ਬੱਚੇ ਰਹੋਗੇ ਇਨਸ਼ਾਅੱਲਾ ਬੱਚੇ ਰਹੋਗੇ। ਚਲੋ ਚਲੋ ਸਾਹਿਬ, ਤੁਸੀਂ ਬਹੁਤ ਅੱਛੀਆਂ ਸਾਨੂੰ ਮਾਲੂਮਾਤ ਦਿੱਤੀਆਂ ਮੌਸਮ ਦੇ ਬਾਰੇ ਤੇ ਕਰੋਨਾ ਵਾਇਰਸ ਦੇ ਬਾਰੇ, ਇਹ ਅਸੀਂ ਸਾਰੇ ਪਿੰਡ ਆਪਣੇ ਸਾਥੀਆਂ ਨੂੰ ਦੱਸਦੇ ਹਾਂ। ਬਜ਼ੁਰਗ ਨੇ ਨਾ ਉਹਨਾਂ ਨੂੰ ਖਾਸ ਤੌਰ ਤੇ ਬਚਾਓ। ਅੱਛਾ, ਤੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਕੱਪੜੇ ਪਾਓ ਤੇ ਬਚਾ ਕੇ ਰੱਖੋ। ਇਹ ਛੋਟੇ ਬੱਚਿਆਂ ਨੂੰ ਤੇ ਬਜ਼ੁਰਗਾਂ ਤੇ ਬੜਾ ਹਮਲਾ ਕਰਦਾ ਹੈ, ਕਿਉਂਕਿ ਉਹਨਾਂ ਦੀ ਕੁਵਤ ਮੁਦਾਫਤ ਜਿਹੜੀ ਹੈ ਨਾ ਉਹ ਕੰਮ ਬਰਦਾਸ਼ਤ ਕਰਨ ਦੀ ਘੱਟ ਹੈ। ਤੇ ਜਵਾਨਾਂ ਨੂੰ ਤੇ ਚਲੋ ਧੁੱਪੇ ਲਗੇ ਫਿਰਦੇ ਨੇ, ਕੰਮ ਸ਼ੰਮ ਕਰਦੇ ਨੇ ਤੇ ਉਹ ਠੀਕ ਹੈ। ਚਲੋ ਠੀਕ ਆ ਜੀ, ਹੁਣ ਹੱਥ ਤੁਹਾਡੇ ਨਾਲ ਮਿਲਾਉਣਾ ਨਹੀਂ, ਨਹੀਂ ਹੱਥ ਨਹੀਂ ਮਿਲਾਉਣਾ, ਮੇਰੇ ਨਾਲ ਨਹੀਂ ਦੂਸਰਿਆਂ ਨਾਲ ਵੀ ਨਹੀਂ ਮਿਲਾਉਣਾ। ਰੱਬ ਰੱਖਾ, ਰੱਬ ਰੱਖਾ ਜੀ, ਰੱਬ ਰੱਖਾ।